ਅਗਰ ਇਹ ਵੀਡੀਓ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਸਾਡਾ ਟ੍ਰੈਂਡਿੰਗ ਪੰਜਾਬ ਫੇਸਬੁੱਕ ਪੇਜ ਲਾਈਕ ਕਰੋ ਤੇ ਇਹ ਵੀਡੀਓ ਅਗਰ ਤੁਸੀਂ ਯੂਟਿਊਬ ਚੈਨਲ ਤੇ ਦੇਖ ਰਹੇ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਸਾਡੀ ਹਰ ਵੀਡੀਓ ਦੇਖ ਸਕੋ। ਇਹਨਾਂ ਨੇ ਕੱਲ ਸਾਡੇ ਸਾਰੇ ਪਾਰਟੀ ਦੇ ਲੀਡਰਾਂ ਦੇ ਵਰਕਰਾਂ ਦੇ ਪਰਚੇ ਕੀਤੇ। ਪਹਿਲੀ ਗੱਲ ਕਾਂਗਰਸ ਕੈਪਟਨ ਸਾਹਿਬ ਨੂੰ ਮੈਂ ਜੇ ਪਤਾ ਨਹੀਂ ਤਾਂ ਪਤਾ ਕੈਪਟਨ ਸਾਹਿਬ ਕਰ ਲਓ। ਅਕਾਲੀ ਦਲ ਦੇ ਤੁਸੀਂ ਵਰਕਰਾਂ ਦੇ ਪਰਚੇ ਕੀਤੇ, ਅਕਾਲੀ ਦਲ ਦੇ ਵਰਕਰ ਕੋਈ ਪਰਚਿਆਂ ਤੋਂ ਡਰਦੇ ਨਹੀਂ। ਅਸੀਂ ਤੁਹਾਡਾ ਚੈਲੰਜ ਐਕਸੈਪਟ ਕਰਦੇ ਹਾਂ ਤੇ ਅਸੀਂ ਤੁਹਾਡਾ ਚੈਲੰਜ ਐਕਸੈਪਟ ਕਰਦੇ ਹਾਂ। ਜਿਨ੍ਹਾਂ ਦੇ ਪਰਚੇ ਕੀਤੇ ਅਸੀਂ ਹਾਜ਼ਰਾਂ, ਜਦੋਂ ਮਰਜ਼ੀ ਆਓ ਸਾਨੂੰ ਫੜ ਕੇ ਦੇਖੋ। ਅਸੀਂ ਕੋਈ ਡਰਦੇ ਡੁਰਦੇ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਹੋਂਦ ਬਰਕਰਾਰ ਰੱਖਣ ਲਈ ਨਵੀਂ ਰਣਨੀਤੀ ਘੜੀ ਹੈ। ਸੁਖਬੀਰ ਬਾਦਲ ਨੇ ਪੂਰੇ ਪੰਜਾਬ ਵਿੱਚ ਅਕਾਲੀਆਂ ਦੀ ਫੌਜ ਤਿਆਰ ਕਰਨ ਦਾ ਐਲਾਨ ਕੀਤਾ ਹੈ। ਇਸ ਰਣਨੀਤੀ ਤਹਿਤ ਹਰ ਪਿੰਡ ਵਿੱਚ 10 ਵਰਕਰ ਲਏ ਜਾਣਗੇ। ਇਸ ਹਿਸਾਬ ਨਾਲ ਪੰਜਾਬ ਦੇ 12,500 ਪਿੰਡਾਂ ਵਿੱਚੋਂ 1,25,000 ਦੇ ਕਰੀਬ ਵਰਕਰ ਚੁਣੇ ਜਾਣਗੇ। ਦਰਅਸਲ ਪਿਛਲਾ ਇੱਕ ਦਹਾਕਾ ਸੱਤਾ ਵਿੱਚ ਰਹੇ ਅਕਾਲੀ ਦਲ ਖਿਲਾਫ ਅਜੇ ਵੀ ਲੋਕਾਂ 'ਚ ਰੋਹ ਹੈ। ਇਸ ਲਈ ਅਕਾਲੀ ਵਰਕਰਾਂ ਦੇ ਲੀਡਰਾਂ ਉੱਪਰ ਲਗਾਤਾਰ ਹਮਲੇ ਹੋ ਰਹੇ ਹਨ। ਹਰ ਪਿੰਡ 'ਚੋਂ ਅਸੀਂ 10 ਵਾਲੰਟੀਅਰ ਮਿਨੀਮਮ ਅਸੀਂ ਆਪਣੇ ਕਾਡਰ ਨੂੰ ਕਹਿੰਦਾ ਤਿਆਰ ਕਰੋ। ਜਦੋਂ ਜਿੱਥੇ ਵੀ ਜ਼ੁਲਮ ਹੋਊਗਾ ਉਹ 10 ਵਾਲੰਟੀਅਰ ਪਿੰਡ ਉੱਥੇ ਪਹੁੰਚਣਗੇ ਜ਼ੁਲਮ ਦੇ ਖਿਲਾਫ। ਜਿੱਥੇ ਵੀ ਜ਼ੁਲਮ ਹੋਊਗਾ 1,25,000 ਦੀ ਫੌਜ ਤਿਆਰ ਰਹੂਗੀ।